Hey, what's up, guys? How's it doing? I hope you're having an amazing day. It's good morning right now. It's 8. It's 7 a.m. in the morning. I just had the US visa the appointment. What chance is that? Oh, good morning, guys. Hi, nobody's sunny, sunny, pyari, pyari. I started the US with the appointment. I was in US. I was in the initiative. I was Boxing Day. Hours later. Anji, mitra da US da visa vi lag gaya hai. Hun thoda time tak aaunga. Raat tak hun svere 8 baje vadh gaya siga main. Ni, kinne baje 9 baje almost 9 baje vadh gaya siga. 10 baj gaya. Gaddi te hegi hai bro. 10 baj gaya ghanta hun laaya siga. Te utthe phones, watches koi bhi cheezan loud nahi hegi hai. That's why main kuch bhi leke nahi gaya, camera and all that. Bas fir utthe di kahani badi sohni hai. Aapa andar gaye. ਕਹਿੰਦੇ ਕੜਾ ਲਾਓ ਮੈਂ ਕੜਾ ਨਹੀਂ ਲਾਦਾ ਮੇਰਾ ਟਾਈਟ ਬਹੁਤ ਹੈਗਾ ਫੇ ਥੋੜੀ ਜਿਹੀ ਕੁੜੀ ਇਹ ਉਹਨੇ ਚੈਕਿੰਗ ਚੈਕਿੰਗ ਕੀਤੀ ਮੇਰੀ ਫੇ ਇਹਨੂੰ ਵਧੀਆ ਤਰੀਕੇ ਨਾਲ ਚੈਕਿੰਗ ਕੀਤੀ ਬਸ ਫੇ ਮਿੱਤਰਾਂ ਦਾ ਹੋ ਗਿਆ ਕੰਮ ਹੁਣ ਕਹਿੰਦੇ ਮੇਲ ਚ ਆਊਗਾ ਪਾਸਪੋਰਟ ਤੇ ਬੱਬਾ ਜੀ ਨੂੰ ਥੈਂਕ ਯੂ ਭਾਈ ਬੱਬਾ ਜੀ ਨੇ ਮੇਰਾ ਸਮਾਨ ਰੱਖਿਆ ਆਪਣੇ ਕੋਲ ਘੰਟਾ ਵਿਚਾਰੇ ਸਟਾਰਬਕਸ ਚ ਕਿਹਦੀਆਂ ਕਾਫੀ ਪੀਣੀਆਂ ਕੋਈ ਵੀ ਨਹੀਂ ਪੀਤੀ ਇੱਕ ਪੀਤੀ ਮੈਨੂੰ ਭੁੱਖ ਲੱਗੀ ਯਾਰ ਉਹ ਕਿੰਨਾ ਵਧੀਆ ਵਿਊ ਹੈ ਬੰਦੇ ਵਾਪਸ ਆਏ ਥੱਲੇ ਆਏ ਹੈ ਉਹ ਥੱਲੇ ਵੀ ਆਉਂਦੀ ਜਾਂ ਮੈਂ ਕਿਹਾ ਉੱਤੇ ਰਹਿ ਜਾਂਦੇ ਆ ਤੇ ਸਰੀ ਵਾਲੇ ਵਾਸੀਆਂ ਨੂੰ ਆਪਾਂ ਕਹਿਣਾ ਚਾਹੁੰਦੇ ਹਾਂ ਸੜੋ ਬਈ ਸੜੋ ਕਿਉਂਕਿ ਸਰੀ ਤੇ ਬਰਫ਼ ਪਈ ਨਹੀਂ ਆਪਾਂ ਆਏ ਹਾਂ ਗਰਾਊਸ ਮਾਊਂਟੇਨ ਅਤੇ ਇੱਥੇ ਬਰਫ਼ੋ ਬਰਫ਼ ਹੋਇਆ ਬਸ ਮਾਹੌਲ ਆਪਾਂ ਮਤਲਬ ਉੱਥੇ ਡਾਊਨਟਾਊਨ ਹੈਗਾ ਅਤੇ ਉੱਥੇ ਪਿੱਛੇ ਸਰੀ ਹੈਗੀ ਅਤੇ ਪੂਰਾ ਪਹਾੜ ਬਾਦਲ ਹੀ ਬਾਦਲ ਆ ਅਤੇ ਬਾਦਲ ਅਤੇ ਉੱਥੇ ਜਿਹੜੇ ਚੱਲ ਰਸਤਾ ਵੀ ਦਿਖਾ ਦਿੰਦੇ ਖੜ੍ਹ ਜਾ ਜਦ ਤੂੰ ਸਰੀ ਨੂੰ ਸਰੀ ਸਪੋਰਟ ਸ਼ੂਜ਼ ਤੇ ਬਰਫ਼ 'ਚ ਤੁਰਨਾ ਬਰਫ਼ ਦਿਖਾਣੇ ਤੁਹਾਨੂੰ ਜਦ ਤੁਸੀਂ ਸਰੀ ਤੋਂ ਸਾਹਮਣੇ ਦੇਖਦੇ ਹੋ ਨਾ ਜਿਹੜਾ ਮਾਊਂਟੇਨ ਦੇਖਦੇ ਜਿੱਥੇ ਬਰਫ਼ ਪਈ ਹੋਈ ਹੈ ਉੱਥੇ ਆਪਾਂ ਹੈਗੇ ਰਾਈਟ ਨਾਓ ਗਰਾਊਸ ਮਾਊਂਟੇਨ ਆਏ ਹਾਏ ਹਾਏ ਆਏ ਹਾਏ ਹਾਏ ਆਹ ਪੂਰੀ ਬਰਫ਼ ਹੈ ਬਰਫ਼ 'ਚ ਚੱਲਣਾ ਔਖਾ ਹੈ ਲੈਟਸ ਸੀ ਕੀ ਬਣਦਾ ਓ ਮਾਈ ਗੋਡ ਦਿਸ ਇਜ਼ ਮਾਈ ਫਰਸਟ ਐਕਸਪੀਰੀਅੰਸ ਆਫ ਸਨੋਮੈਨ ਸਿੱਧਾ ਆਪਾਂ ਲਿਟਰਲੀ ਧੁੱਪ ਵੀ ਹੈ ਧੁੱਪ ਵੀ ਬਹੁਤ ਤਿੱਖੀ ਹੈ ਤੇ ਲਾਈਕ ਠੰਡ ਵੀ ਨਹੀਂ ਇੰਨੀ ਲੱਗ ਰਹੀ ਲਿਟਰਲੀ ਸੇਮ ਸੇਇੰਗ ਨਾ ਮੈਂ ਤਾਂ ਨਾ ਦੇਖ ਕੇ ਜਾਣਾ ਕਿਸੇ ਪਾਸੇ ਮਾੜਾ ਜਿਹਾ ਤਿਲਕਣਾ ਹੋਇਆ ਮੈਂ ਤਾਂ ਉੱਧਰ ਨੂੰ ਇਹ ਰੁੜ ਜਾਣਾ ਨਹੀਂ ਸੀਰੀਅਸਲੀ ਆਹ ਦੇਖੋ ਓਹ ਮੈਂ ਗਿਆ ਸੀ ਓਏ ਹੁਣੇ ਹੁਣ ਆਪਾਂ ਦੇਖਦੇ ਹਾਂ ਕਿ ਕਿੰਨੀ ਡੂੰਗੀ ਬਰਫ਼ ਹੈਗੀ ਹੈ ਪੈਰ ਤਸ ਰਿਹਾ ਅੰਦਰ ਮੈਂ ਕੱਢਣ ਨਹੀਂ ਆਉਣਾ ਇੰਡੀਅਨ ਨਹੀਂ ਜਾਂਦੇ ਹੁੰਦੇ ਬਹੁਤ ਸਹੀ ਚੀਜ਼ ਹੈ ਉਹੀ ਵਾਲਾ ਸੀਨ ਹੈ ਮੇਰਾ ਤੇ ਬਾਈ ਬਰਫ਼ ਪਹਿਲੇ ਦੇਖੀ ਆਪਾਂ ਤੇ ਆਪਾਂ ਸ਼ਿਮਲਾ ਸ਼ਿਮਲਾ ਵੀ ਨਹੀਂ ਘੁੰਮੇ ਸੀਗੇ ਹੁਣ ਡਾਊਨਟਾਊਨ ਦੀ ਵੈਨਕੂਵਰ ਦੀ ਬਰਫ਼ ਦੇਖ ਕੇ ਤਾਂ ਹਾਏ ਹਾਏ ਅਤੇ ਸਰੀ ਉਹ ਖੇਡਦੇ ਪਏ ਸਰੀ ਵਾਲੇ ਜੇ ਤੁਹਾਨੂੰ ਸਰੀ 'ਚ ਬਰਫ਼ ਨਹੀਂ ਮਿਲੀ ਹੈ 50 ਡੋਲਰ ਦੇ ਕੇ ਗਰਾਊਸ ਮਾਊਂਟੇਨ ਆ ਜਾਓ ਅਤੇ ਗਰਾਊਸ ਮਾਊਂਟੇਨ 'ਚ ਬਹੁਤ ਬਰਫ਼ ਪਈ ਹੋਈ ਹੈ ਪਤਾ ਨਹੀਂ ਯਾਰ ਨਹੀਂ ਖਾਵਾਂਗੇ ਬਾਰ ਬਾਰ ਜ਼ਿਆਦਾ ਨਹੀਂ ਕਰਨਾ ਭਰਾਵਾ ਮੈਂ ਦੇਖ ਗਿਆ ਸ਼ੁਕਰ ਆ ਮੈਂ ਸ਼ੂਜ਼ ਟਿੰਬਰਲੈਂਡ ਪਾ ਲਏ ਸੀ ਅੱਜ
ਮੈਂ ਸਪੋਰਟ ਸੇ ਬਾਈ ਫਿਰਦਾ ਅੱਜ ਮਿੱਤਰਾਂ ਦਾ ਯੂਐਸ ਦਾ ਵੀਜ਼ਾ ਵੀ ਲੱਗ ਗਿਆ ਅਤੇ ਅੱਜ ਮਿੱਤਰਾਂ ਨੇ ਬਰਫ਼ ਵੀ ਦੇਖ ਲਈ ਅੱਜ ਦਾ ਦਿਨ ਨੋਟ ਕਰਿਆ ਜਾਵੇ 22-23 ਦਸੰਬਰ ਨਹੀਂ 23 ਜਨਵਰੀ 2019 ਮਿੱਤਰਾਂ ਦਾ ਪਹਿਲਾ ਦਿਨ ਬਰਫ਼ 'ਚ ਅਤੇ ਆਪਾਂ ਅੱਜ ਹੁਣ ਥੱਲੇ ਲੰਮੇ ਪੈ ਕੇ ਐਂ ਬਣਾਵਾਂਗੇ ਉਹ ਵਾਲੇ ਬਣਾਈਏ ਆਹ ਸਾਡਾ ਭੋਲਾ ਬਾਬੂ ਹੈਗੇ ਇੱਥੇ ਆਪਾਂ ਫੋਟੋ ਖਿਚਾਵਾਂਗੇ ਭੋਲੇ ਬਾਬੂ ਨਾਲ ਇੱਦਾਂ ਹੀ ਲੱਗਦਾ ਆਪਾਂ ਤੁਹਾਨੂੰ ਪੇੜੇ ਬਣਾਉਣਾ ਸਿਖਾਵਾਂਗੇ ਇੱਦਾਂ ਪੇੜੇ ਬਣਦੇ ਆ ਫਿਰ ਖਾ ਕੇ ਦੇਖਾਂ ਸਾਨੂੰ ਜੀ ਨਾ ਸਕੀਇੰਗ ਕਰਨੀ ਆਉਂਦੀ ਹੈ ਨਾ ਕੁਛ ਕਰਨਾ ਆਉਂਦਾ ਆਪਾਂ ਬਸ ਹਾਂ ਉੱਪਰ ਆਪਾਂ ਵੀ ਚੱਲਦੇ ਹਾਂ ਅਤੇ ਬਸ ਆਪਾਂ ਬਸ ਇੱਧਰ ਉੱਧਰ ਘੁੰਮ ਹੀ ਸਕਦੇ ਹਾਂ ਆਪਾਂ ਤਾਂ ਰੁੜਦੇ ਆਵਾਂਗੇ ਉੱਪਰੋਂ ਆਪਾਂ ਘੁੰਮ ਸਕਦੇ ਹਾਂ ਬਰਫ਼ ਦਾ ਨਜ਼ਾਰਾ ਲੈ ਸਕਦੇ ਹਾਂ ਬਹੁਤ ਵਧੀਆ ਫੀਲ ਹੋ ਰਿਹਾ ਜੀ ਬਰਫ਼ ਦੇਖ ਕੇ ਇਹ ਸਰੀਰ 'ਚ ਪੈਂਦੀ ਨਜ਼ਾਰਾ ਆ ਤਾਂ ਚਲ ਪੈਂਦੀ ਹੋਇਆ ਸਲੇ ਅੰਨੀ ਕੋਲੋਂ ਕਿੱਥੋਂ ਬਣ ਜੂਗਾ ਥੱਲੇ ਨੂੰ ਮੰਨਣੀ ਚਾਹੀਦੀ ਹੈ ਨਾ ਹਾਂ ਥੱਲੇ ਜਾ ਨਹੀਂ ਮੇਰੇ ਪੈਰਾਂ ਤੋਂ ਜਾ ਰਹੀ ਹੈ ਬਰਫ਼ ਵਾਹ ਬੇ ਵਾਹ ਬੈਲਕਨੀ ਦੇਖੋ ਕਿਆ ਵਿਊ ਹੈ ਇਹ ਜ਼ਿੰਦਗੀ ਕਿਆ ਬਾਤ ਹੈ ਓਈ ਹੈ ਕਰ ਜਾਣਾ ਨਹੀਂ ਫੇ ਵਲੌਗ ਤੇ ਹੈਲੋ ਕਰ ਦਿਓ ਜੀ ਸਾਰੇ ਜੋ ਜਿਹੜੇ ਹੈਗੇ ਆ ਬੰਦੇ ਜੁਆਇਨ ਹੋ ਰਹੇ ਆ ਬਟ ਹੈਲੋ ਹੁਲੋ ਕੋਈ ਨਹੀਂ ਕਰ ਰਿਹਾ ਕੋਈ ਨਹੀਂ ਓਕੇ ਜੀ ਅਤੇ ਹੁਣ ਬਰਾਊਸ ਮੋਟਰ ਦੀ ਟ੍ਰਿਪ ਡਨ ਹੋ ਗਈ ਹੈ ਆਪਾਂ ਜਾ ਕੇ ਆਪਣਾ ਐਨੂਅਲ ਪਾਸ ਬਣਾਉਂਦੇ ਹਾਂ ਅਤੇ ਆਪਾਂ ਬਾਅਦ 'ਚ ਵੀ ਆਉਂਦੇ ਰਹਾਂਗੇ ਇੱਥੇ ਅਤੇ ਜਿਹੜੇ ਬੰਦੇ ਸਰੀ ਰਹਿੰਦੇ ਆ ਅਤੇ ਬਰਫ਼ ਦੇਖਣਾ ਚਾਹ ਰਹੇ ਆ ਬਰਾਊਸ ਮੋਟਰ ਆ ਜਾਓ ਬਰਫ਼ ਦੀ ਘਾਟ ਨਹੀਂ ਇੱਥੇ ਅਤੇ ਬਸ ਆਪਾਂ ਹੋਰ ਨਹੀਂ ਕੁਛ ਕਹਿਣਾ ਚਾਹੁੰਦੇ ਹਾਂ ਦੇਖੋ ਸਾਡੇ ਪੈਰਾਂ ਪੈਰਾਂ 'ਤੇ ਰੁਲਦੀ ਹੈ ਬਰਫ਼ ਹਾਂ ਇੱਥੇ ਇੱਥੇ ਰੱਖ ਹਲ ਓਹ ਛੜੋ ਛੜੀਏ ਸਰ ਓਕੇ ਸੋ ਅਪਡੇਟ ਹੁਣ ਘਰ ਨੂੰ ਚੱਲਦੇ ਹਾਂ ਨੀਂਦ ਨੂੰਦ ਪੂਰੀ ਕਰਕੇ ਰਸਤੇ ਵਿੱਚ ਜਾਂਦੇ ਅਤੇ ਬਾਬੇ ਦਾ ਮੈਨੂੰ ਘਰੋਂ ਫੋਨ ਆਇਆ ਸੀ ਕਹਿੰਦਾ ਕਿ ਘਰੇ ਮਿੱਠਾ ਲੈ ਆਈ ਕੁਛ ਖਾਣ ਨੂੰ ਇੱਦਾਂ ਨਾ ਆਵੀ ਕਿ ਬਾਈ ਤੇਰਾ ਵੀਜ਼ਾ ਲੱਗੇ ਯੂ ਐੱਸ ਦਾ ਮੈਂ ਕਿਹਾ ਇਕੱਲੇ ਕਿਹੜਾ ਪਾਸਪੋਰਟ ਆ ਗਿਆ ਚਲੋ ਕੋਈ ਨਹੀਂ ਮੈਂ ਫੇਰ ਵੀ ਲੈ ਆਊਂਗਾ ਮੈਂ ਹੁਣ ਮੈਂ ਕਿੱਟ ਕੈਟ ਅਤੇ ਲੋਲੀਪੋਪ ਲੈ ਕੇ ਚੱਲਣਾ ਮੈਂ ਤੁਹਾਨੂੰ ਲੋਲੀਪੋਪ ਦਊਂਗਾ ਤੁਹਾਨੂੰ ਅਤੇ ਮਿੱਠਾ ਵੀ ਹੋ ਗਿਆ ਸਾਡਾ ਕਿਉਂਕਿ ਇੱਥੇ ਹੁਣ ਮੈਂ ਦੂਜੀ ਸਾਈਡ ਤੋਂ ਨਹੀਂ ਆਇਆ ਮੈਂ ਮਿਠਾਈ ਵਗੈਰਾ ਲੈ ਆਉਂਦਾ ਬਟ ਹੁਣ ਆਪਾਂ ਲੋਲੀਪੋਪ ਖਵਾਵਾਂਗੇ ਬੰਦਿਆਂ ਨੂੰ ਸਾਡੇ ਘਰ ਰੂਮਮੇਟਾਂ ਨੂੰ ਅਤੇ ਬਸ ਹੋਰ ਅੱਗੇ ਦੀ ਸਮਾਚਾਰ ਤੁਹਾਨੂੰ ਅੱਗੇ ਦੇਵਾਂਗੇ ਹਾਲਾ ਮਾਰਕ ਚੁੱਪ ਆ ਲਾ ਤੇਰੇ ਭਰਾ ਦਾ ਵੀਜ਼ਾ ਲੱਗ ਗਿਆ ਮਰੇ ਕਾ 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 ਮਰੇ ਕਾ